ਹਾਲਾਤ ਨੇ ਦੂਜੇ ਪਾਸੇ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ। ਹਾਲਾਤ ਦਿਖਾ ਦੀ ਅਲਮਾਰੀ ਦੇ, ਤੁਸੀਂ ਦੇਖ ਸਕਦੇ ਹੋ ਚੋਰਾਂ ਦੇ ਵੱਲੋਂ ਜਿਹੜਾ ਨਿਸ਼ਾਨਾ ਬਣਾਇਆ ਗਿਆ ਤਸਵੀਰਾਂ 'ਚ। ਹਾਂਜੀ ਮੈਮ, ਕੀ ਨਾਂ ਕੀ ਜੀ ਆਪਣਾ? ਹਾਂਜੀ ਮੈਮ, ਕੀ ਹੋਇਆ, ਕੀ ਕਰ ਰਹੇ ਸੀ? ਮੈਨੂੰ ਲੈ ਕੇ ਆਈ, ਅਸੀਂ ਮਤਲਬ ਐਂਟਰ ਇਕੱਠੇ ਹੀ ਹੋਏ ਹਾਂ। ਜਿੱਦਾਂ ਹੀ ਅਸੀਂ ਐਂਟਰ ਹੋਏ, ਲੋਬੀ ਦੇਖੀ, ਲੋਬੀ ਦਾ ਐਲਈਡੀ ਗਾਇਬ ਸੀ ਜੀ। ਮੈਂ ਥੋੜਾ ਘਬਰਾ ਗਈ, ਮੈਂ ਅੰਦਰ ਵੱਲ ਨੂੰ ਗਈ ਆ, ਔਰ ਅਲਮਾਰੀਆਂ ਵਿਖਰੀਆਂ ਪਈਆਂ, ਲੋਕਰ ਖੁੱਲੇ ਹੋਏ, ਸਾਰਾ ਸਮਾਨ ਵਿੱਚੋਂ ਗਾਇਬ ਸੀ, ਕੈਸ਼ ਸੀ, ਸਭ ਗਾਇਬ, ਔਰ ਐਲਈਡੀ ਗਾਇਬ ਜੀ। ਬਾਕੀ ਹੁਣ ਕੋਈ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਕਰਦੇ? ਹਾਂਜੀ, ਉਹ ਨੇਬਰਸ ਦੇ ਲੱਗੇ ਹੋਏ ਆ ਸਾਡੇ ਘਰ ਦੇ ਵਿੱਚ ਨਹੀਂ ਆਪਣੇ ਲੱਗੇ। ਕਿੱਦਾਂ ਦੇਖ ਲਓ, ਜਿਹੜੀ ਦਿਨ ਦਿਹਾੜੀ ਚੋਰੀ ਦੀ ਵਾਰਦਾਤ ਦਿਨੋਂ ਦਿਨ ਵੱਧਦੀਆਂ ਆ ਰਹੀਆਂ, ਤੇ ਘਰੋਂ ਨਿਕਲਣਾ 1 ਕਰੋੜ ਜਾਣਾ ਬਹੁਤ ਮੁਸ਼ਕਿਲ ਹੋਇਆ ਪਿਆ। ਚੋਰਾਂ ਦੇ ਹੌਂਸਲੇ ਕਾਫੀ ਵਧੇ ਪਏ ਨੇ, ਉਹਨਾਂ ਨੂੰ ਕੋਈ ਪੁਲਿਸ ਪ੍ਰਸ਼ਾਸਨ ਦਾ ਕੋਈ ਮਤਲਬ ਕਿ ਖੌਫ ਨਹੀਂ ਹੈਗਾ ਜੀ। ਕੀ ਮੰਗ ਮੰਗਦੇ ਹੋ ਪ੍ਰਸ਼ਾਸਨ ਤੋਂ ਕੀ ਤੁਸੀਂ? ਸਾਡੀ ਸੇਫਟੀ ਥੋੜ੍ਹਾ ਦੇਖਿਆ ਜਾਏ, ਸੇਫਟੀ ਵੱਲ ਵੀ ਧਿਆਨ ਦਿੱਤਾ ਜਾਏ। ਕਾਮਨ ਪੀਪਲ ਹਾਂ ਅਸੀਂ, ਅਸੀਂ ਵੋਟ ਪਾਈਏ। ਮਤਲਬ ਕਿ ਰਿਹਾਇਸ਼ੀ ਏਰੀਆ ਵਾ, ਰਿਹਾਇਸ਼ੀ ਏਰੀਆ ਦੇ ਵਿੱਚ ਵੀ ਜਿਹੜੀ ਚੋਰੀ ਦੀ ਵਾਰਦਾਤ ਦਿੱਤੀ ਅੰਜਾਮ ਦਿੱਤਾ ਗਿਆ, ਜਿਹੜੇ ਚੋਰ ਜਿਹੜੇ ਕਿ ਉਹ ਇੱਕ ਬਾਰੀ ਤੋੜ ਕੇ ਅੰਦਰ ਵੜੇ ਨੇ ਦਿਨ ਦਿਹਾੜੇ ਦੇ ਟਾਈਮ ਦੇ ਵਿੱਚ, ਕਿ ਜਿਹੜੇ ਕਿ ਪ੍ਰਸ਼ਾਸਨ ਵੱਲੋਂ ਕੋਈ ਪੁਖਤਾ ਪ੍ਰਬੰਧ ਜਿਹੜੇ ਮੈਨੂੰ ਲੱਗਦਾ ਨਹੀਂ ਹੈਗੇ ਕੀਤੇ ਜਾ ਰਹੇ। ਹੁਣ ਪ੍ਰਸ਼ਾਸਨ ਨੂੰ ਪਤਾ ਹੋਏਗਾ ਨਹੀਂ? ਜਦ ਤੁਸੀਂ ਕਿੱਦਾਂ ਦੇਖਦੇ ਹੋ ਕਿ ਜਿਹੜਾ ਕਿ ਦਿਨ ਦਿਹਾੜੇ ਚੋਰੀ, ਮਤਲਬ ਘਰੋਂ ਨਹੀਂ, ਇੱਕ ਛੋਟੇ ਜਿਹੇ ਘਰ ਦੇ ਵਿੱਚੋਂ ਬਾਹਰ ਜਾਣਾ ਵੀ ਬੜਾ ਮੁਸ਼ਕਲ ਹੋ ਚੁੱਕਾ ਹੋਇਆ ਵਾ, ਕੀ ਕਹਿਣਾ ਚਾਹੁੰਦੇ ਹੋ? ਚੋਰੀ ਹੋਈ ਹੈ ਦਿਨ ਦਿਹਾੜੇ, ਉਹਨਾਂ ਦੀ ਮਿਸਿਸ ਘਰ ਨਹੀਂ ਸੀ ਹੈਗੀ, ਆਪ ਵਪਾਰਕ ਸੀ, ਉਹ ਮਿਸਿਸ ਪੇਕੇ ਗਈ ਸੀ ਲੁਧਿਆਣੇ, ਜਦੋਂ ਉਹ ਵਾਪਸ ਆਈ 7:30-8 ਵਜੇ ਉਹਨੇ ਦੇਖਿਆ ਵੀ ਘਰ ਜਦੋਂ ਅੰਦਰ ਵੀ ਐੱਲ ਈ ਡੀ ਨਹੀਂ ਸੀ, ਫਿਰ ਉਹਨੇ ਆਪਣੇ ਹਸਬੈਂਡ ਨੂੰ ਫੋਨ ਕੀਤਾ ਕਿ ਐੱਲ ਈ ਡੀ ਤੁਸੀਂ ਕਿਸੇ ਠੀਕ ਕਰਾਉਣ 'ਤੇ ਨਹੀਂ, ਜਾਂ ਕੋਈ ਪ੍ਰੋਬਲਮ ਤਾਂ ਨਹੀਂ ਸੀ ਆਈ, ਕਹਿੰਦਾ ਮੈਂ ਨਹੀਂ ਕੀਤਾ। ਫਿਰ ਉਹਨਾਂ ਦੇ ਅੰਦਰ ਸਭ ਕੁਝ ਖਿਲ ਰਿਹਾ ਪਿਆ ਸੀਗਾ, ਸਾਰੀਆਂ ਅਲਮੀਰਾਂ ਖੁੱਲੀਆਂ ਪਈਆਂ ਸੀਗੀਆਂ, ਸਾਰਾ ਲੋਕਰ ਖੁੱਲ੍ਹੇ ਪਏ ਸੀਗੇ, ਉਹਨਾਂ ਦੇ ਕੈਸ਼, ਉਹਨਾਂ ਦਾ ਗੋਲਡ ਸਾਰਾ ਕੁਝ ਚੁੱਕਿਆ ਗਿਆ ਵਾ, ਜੋ ਕੀਮਤੀ ਸਮਾਨ ਸੀ ਚੱਕਿਆ ਗਿਆ, ਬਹੁਤ ਵੱਡਾ ਨੁਕਸਾਨ ਹੋਇਆ ਵਾ। ਔਰ ਅਸੀਂ ਪਹੁੰਚੇ ਹਾਂ ਮੌਕੇ 'ਤੇ, ਕਿੰਨਾ ਕੈਸ਼ ਸੀ ਸਰ ਜਿਹੜਾ ਦੱਸਿਆ ਜਾ? ਮੈਨੂੰ ਐਗਜੈਕਟਲੀ ਨਹੀਂ ਪਤਾ, ਗੋਲਡ ਮੈਨੂੰ ਪਤਾ ਦੱਸਿਆ ਉਹਨਾਂ ਨੇ 10-12 ਤੋਲੇ ਉਹ ਲੇਡੀ ਦਾ ਗੋਲਡ ਸੀਗਾ। ਕਿੰਨਾ ਕੁ ਹੋਊਗਾ ਕੈਸ਼, ਅੰਦਾਜ਼ਾ? 70,000 ਰੁਪਇਆ ਕੈਸ਼ ਸੀਗਾ, 70,000 ਕੈਸ਼
ਸੀਗਾ ਔਰ ਗੋਲਡ ਸੀਗਾ 10-12 ਤੋਲੇ LED ਸੀਗੀ ਹੋਰ ਹਲੇ ਚੀਜ਼ਾਂ ਪਤਾ ਲੱਗਣਗੀਆਂ ਹੌਲੀ ਹੌਲੀ ਇਹਨਾਂ ਨੂੰ ਵੀ ਕਿਹੜੀ ਕਿਹੜੀ ਕੀਮਤੀ ਚੀਜ਼ ਗਈ ਹੈ ਸੋ ਅਸੀਂ ਆਏ ਹਾਂ ਇਹ ਘਟਨਾ ਕਦੋਂ ਦੀ ਹੈਗੀ ਹੈ ਅੱਜ ਦੀ ਹੈ 7:30 ਵਜੇ ਘਰ ਆਏ ਉਸ ਤੋਂ ਪਹਿਲਾਂ ਘਟਨਾ ਹੋਈ ਹੋਈ ਸੀਗੀ ਦਿਨ ਦੇ ਸਾਡੇ ਡਾਕਾ ਪਿਆ ਜੀ ਇੱਥੇ ਚੋਰੀ ਦਾ ਜਿਹੜੀ ਹੈ ਉਹ ਸ਼ਾਇਦ ਦਿਨ ਦੇ ਜਿਹੜਾ ਵਾਰਦਾਤ ਨੂੰ ਚੋਰੀ ਨਹੀਂ ਕਿਹਾ ਜਾ ਸਕਦਾ ਡਾਕਾ ਪਿਆ ਡਾਕਾ ਪਿਆ ਘਰ ਵਿੱਚ ਲਗਭਗ ਕਿੰਨੇ ਦਾ ਸਮਾਨ ਲੈ ਗਏ ਨੇ ਕਿੰਨਾ ਨੁਕਸਾਨ ਹੋਇਆ ਸਰ 10-12 ਤੋਲੇ ਸੋਨਾ ਤੁਸੀਂ ਲਾ ਲਓ 8 ਲੱਖ ਰੁਪਏ ਦਾ ਸੋਨਾ ਹੋ ਗਿਆ 70,000 ਕੈਸ਼ ਹੈ LED ਜਿਹੜੀ ਸੀਗੀ ਉਹ ਗਈ ਆ ਹੋਰ ਵੀ ਬਾਅਦ 'ਚ ਹੋਰ ਨਹੀਂ ਪਤਾ ਲੱਗਣਾ ਇਹਨਾਂ ਨੂੰ ਕੀ ਸਮਾਨ ਗਿਆ ਹਲੇ ਚੀਜ਼ਾਂ ਦਾ ਪਤਾ ਲੱਗੇਗਾ ਨਾ ਵੀ ਇਹ ਵੀ ਮੇਰਾ ਚੀਜ਼ ਸੀਗੀ ਇਹ ਵੀ ਸੀਗੀ ਇਹ ਤਾਂ ਬਾਅਦ 'ਚ ਪਤਾ ਲੱਗਦਾ ਮੌਕੇ 'ਤੇ ਪੁਲਿਸ ਨੂੰ ਇਤਲਾਹ ਕਰ ਦਿੱਤਾ ਇਤਲਾਹ ਕਰਤਾ ਉਹ ਆਏ ਨੇ ਉਹਨਾਂ ਨੇ ਆ ਕੇ ਹੁਣ ਉਹ ਕੈਮਰਿਆਂ ਦੀ ਛਾਣਬੀਨ ਕਰ ਰਹੇ ਨੇ ਆਸ ਪੜੋਸ ਤੋਂ ਕਿਹੜੇ ਰਸਤੇ ਤੋਂ ਚੋਰ ਗਏ ਨੇ ਅਤੇ ਦੇਖੋ ਕੀ ਬਣਦਾ ਸਰ ਬਸਤੀ ਬਾਬਾ ਖੇਤ ਸਰ ਦੱਸਿਓ ਥੋੜ੍ਹਾ ਕਿਹੜੀ ਜਗ੍ਹਾ ਤੋਂ ਉਹਨਾਂ ਨੇ ਜਿਹੜਾ ਸਮਾਨ ਜਿਹੜਾ ਗੋਲਡ ਵਗੈਰਾ ਦਿਖਾਈਓ ਮਾੜਾ ਜਿਹਾ ਪੰਜਾਬ ਸਰਕਾਰ ਨੂੰ ਇਹ ਕੋਈ ਪਹਿਲਾ ਇਹ ਕੋਈ ਅੱਜ ਸਵੇਰ ਦਾ ਪਹਿਲਾ ਇਹ ਘਟਨਾ ਨਹੀਂ ਹੈਗੀ ਸਵੇਰ ਦੀ ਵੀ ਅੱਜ 20-25 ਘਟਨਾ ਹੋਣੀ ਹੈ ਜਲੰਧਰ ਦੇ ਵਿੱਚ ਅੱਜ ਦੀ ਐਵਰੇਜਲੀ ਜਿਹੜੀ ਜਿਹੜੀ ਅੱਜ ਦੀ ਘਟਨਾ ਹੈ ਵੀ ਹਰ ਦਿਨ ਦੀ 20-25 ਲੁੱਟ ਹੋ ਰਹੀਆਂ ਚੈਨ ਸਨੈਚਿੰਗ ਹੋ ਰਹੀਆਂ ਮੋਬਾਈਲ ਸਨੈਚਿੰਗ ਹੋ ਰਹੀਆਂ ਔਰ ਉੱਥੇ ਸਾਰੇ ਇੰਡਸਟਰੀਅਲ ਏਰੀਆ ਦੇ ਵਿੱਚ ਚੱਲ ਜਾਓ ਜਾਂ ਫੋਕਲ ਪੁਆਇੰਟ ਚੱਲ ਜਾਓ ਜਾਂ ਤੁਸੀਂ ਲੈਬਲ ਕੰਟੈਕਟ ਚੱਲ ਜਾਓ ਜਿਹੜਾ ਵਿਅਕਤੀ ਦਿਹਾੜੀ ਲਾ ਕੇ ਆ ਰਿਹਾ ਲੁੱਟ ਖੋ ਉਹਨਾਂ ਵੀ ਹੋ ਰਹੀ ਉਹਨਾਂ ਮੋਬਾਈਲ ਖੋਏ ਜਾ ਰਹੇ ਸਰ ਪੁਲਿਸ ਉਹੀ ਹੁੰਦੀ ਹੈ ਪ੍ਰਸ਼ਾਸਨ ਉਹੀ ਹੁੰਦਾ ਸਿਰਫ ਆਰਡਰ ਦਾ ਫਰਕ ਹੁੰਦਾ ਪੁਲਿਸ ਦੀ ਕਦੀ ਕਮੀ ਨਹੀਂ ਹੁੰਦੀ ਸਿਰਫ ਆਰਡਰ ਜਦੋਂ ਪੁਲਿਸ ਜਿਹੜਾ ਜਿਹੜਾ ਸਰਕਾਰ ਦਾ ਕੰਮ ਹੈ ਉਹ ਇਸ ਨੈਕਸਸ ਨੂੰ ਤੋੜਨਾ ਹੁੰਦਾ ਵੈ ਨੈਕਸਸ ਨੂੰ ਤੋੜਨਾ ਜਿਹੜੇ ਜਿਹੜੇ ਕ੍ਰਿਮੀਨਲ ਲੋਕ ਨੇ ਉਹਨਾਂ ਲੋਕਾਂ ਨੂੰ ਨੱਥ ਪਾਉਣਾ ਹੁੰਦਾ ਵੈ ਜਦੋਂ ਅਸੀਂ ਕ੍ਰਿਮੀਨਲ ਲੋਕਾਂ ਦੇ ਪਾਰਟ ਬਣ ਜਾਂਦੇ ਹਾਂ ਜਦੋਂ ਉਹਨਾਂ ਨੈਕਸਸ ਦੇ ਪਾਰਟ ਬਣ ਜਾਂਦੇ ਹਾਂ ਉਦੋਂ ਇਹ ਹਾਲਾਤ ਹੋ ਜਾਂਦੇ ਆ ਅੱਜ ਸਟੇਟ ਦੇ ਹਾਲਾਤ ਮਾੜੇ ਇਸ ਕਰਕੇ ਨਹੀਂ ਕਿਉਂਕਿ ਸਰਕਾਰ ਦੇ ਨੁਮਾਇੰਦੇ ਮੈਂ ਬੜੇ ਸਿੱਧੇ ਸ਼ਬਦਾਂ 'ਚ ਕਹਿੰਦਾ ਸਰਕਾਰ ਦੇ ਨੁਮਾਇੰਦੇ ਇਸ ਨੈਕਸਸ ਦੇ ਪਾਰਟ ਨੇ ਤਦ ਹੀ ਪੁਲਿਸ ਕਾਰਵਾਈ ਨਹੀਂ ਕਰ ਪਾਉਂਦੀ ਬਾਹਰ ਦਾ ਦਰਵਾਜ਼ਾ ਬਣਾਇਆ ਉੱਥੋਂ ਐਂਟਰ ਕਰਕੇ ਡਰਾਇੰਗ ਰੂਮ ਤੋਂ ਆਏ ਤੁਸੀਂ ਦੇਖ ਸਕਦੇ ਹੋ ਪਰਲੇ ਪਾਸੇ ਗ੍ਰਿਲ ਟੁੱਟੀ ਹੋਈ ਸਰ ਕਿਹੜਾ ਏਰੀਆ ਹੈਗਾ ਮਾੜਾ ਜਿਹਾ ਇਹ ਗ੍ਰੀਨ ਐਵਨਿਊ ਕੀ ਨਾਂ ਕੀ ਸਰ ਆਪਣਾ ਰਾਜੀਵ ਟੀਮ ਠੀਕ